ਆਪ ਜੀ ਨੇ ਸਤਿਗੁਰਾਂ ਦੇ ਚਰਨਾਂ ਵਿੱਚ ਹਾਜ਼ਰੀਆਂ ਭਰੀਆਂ ਹਨ। ਹੁਣ ਅਨੰਦ ਸਾਹਿਬ ਦਾ ਪਾਠ ਉਪਰੰਤ ਅਰਦਾਸ ਹੁਕਮਨਾਮਾ ਹੈ, ਫਿਰ ਆਪ ਜੀ ਨੇ ਪ੍ਰਸ਼ਾਦ ਲੈਣਾ ਹੈ। ਉਸ ਤੋਂ 15 ਮਿੰਟ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਜ ਸਮੁੱਚੀ ਮਾਨਵਤਾ ਕੇ ਜਗਤ ਗੁਰੂ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਕਾ 551ਵਾਂ ਪ੍ਰਕਾਸ਼ ਪਰਵ ਬੜੀ ਸ਼ਰਧਾ ਸਤਿਕਾਰ ਕੇ ਸਾਥ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਰਾਜਾ ਪਾਰਕ ਦਰਸ਼ਨਗਰ ਜੈਪੁਰ ਮੇ ਮਨਾਇਆ ਜਾ ਰਹਾ ਹੈ। ਇਸ ਅਵਸਰ ਪਰ ਵਿਸ਼ੇਸ਼ ਦੀਵਾਨ ਸੋਭੇ ਨਿਤਨੇਮ ਕੇ ਸਾਥ ਸ਼ੁਰੂ ਹੋਏ। ਆਸਾ ਦੀਵਾਰ ਕਾ ਕੀਰਤਨ ਹੁਆ, ਉਸਕੇ ਪਸ਼ਚਾਤ ਲਗਾਤਾਰ ਕੀਰਤਨ ਕਾ ਪ੍ਰਵਾਹ ਚੱਲ ਰਹਾ ਹੈ, ਗੁਰਬਾਣੀ ਕਾ ਪ੍ਰਵਾਹ ਚੱਲ ਰਹਾ ਹੈ। ਔਰ ਸੰਗਤ ਕੋ ਜੋ ਹੈ ਕੋਰੋਨਾ ਕਾਲ ਕੀ ਵਜਹ ਸੇ ਜੋ ਗਾਈਡਲਾਈਨਸ ਗਵਰਨਮੈਂਟ ਕੀ ਆਈ ਹੋਈ ਹੈ, ਸੋਸ਼ਲ ਡਿਸਟੈਂਸਿੰਗ ਮੇਨਟੇਨ ਕਰਤੇ ਹੋਏ, ਸੈਨੇਟਾਈਜ਼ ਕਰਤੇ ਹੋਏ, ਮਾਸਕ ਕਾ ਪ੍ਰਯੋਗ ਕਰਤੇ ਹੋਏ ਔਰ ਟੈਂਪਰੇਚਰ ਕੋ ਜੋ ਮੈਨੇਜਰ ਕਰਤੇ ਹੋਏ, ਇਹ ਸਾਰੀ ਵਿਵਸਥਾਏ ਗੁਰਦੁਆਰਾ ਪ੍ਰਬੰਧਕ ਕਮੇਟੀ ਕੀ ਔਰ ਸੇ ਕੀ ਗਈ ਹੈ। ਔਰ ਸੰਗਤ ਕੋ ਵਿਸ਼ੇਸ਼ ਰੂਪ ਸੇ ਅਨੁਰੋਧ ਕੀਆ ਜਾ ਰਹਾ ਹੈ ਕਿ ਆਪ ਇਸ ਕਾ ਪਾਲਨ ਕਰੇ। ਸਮੁੱਚੀ ਮਾਨਵਤਾ ਕੋ ਬਚਾਨਾ ਇਸ ਸਮੇਂ ਹਮਾਰਾ ਵਿਸ਼ੇਸ਼ ਧਿਆਨ ਹੈ, ਧਿਆਏ ਹੈ, ਇਸਮੇ ਆਪ ਸਭ ਕਾ ਸਹਿਯੋਗ ਅਪੇਕਸ਼ਿਤ ਹੈ। ਆਜ ਜੋ ਸਿੱਖ ਧਰਮ ਕੀ ਮਰਿਆਦਾ ਕੇ ਅਨੁਸਾਰ ਦੇਗ ਪ੍ਰਸ਼ਾਦ ਹੋਤਾ ਹੈ, ਉਸ ਕਾ ਵਿਤਰਣ ਸਤਤ ਜਾਰੀ ਰਹੇਗਾ। ਲੰਗਰ ਕੀ ਜੋ ਸੇਵਾ ਹੈ, ਜੋ ਪੰਗਤ ਮੇ ਬਿਠਾ ਕਰ ਕਰਤੇ ਛਕਾਤੇ ਥੇ, ਉਸਕੇ ਸਥਾਨ ਪਰ ਇਸਮੇ ਵਿਸ਼ੇਸ਼ ਵਿਵਸਥਾ ਕੀ ਗਈ ਹੈ। ਲੰਗਰ ਪ੍ਰਸ਼ਾਦ ਜੋ ਹੈ ਪੈਕਟਸ ਕੇ ਰੂਪ ਮੇ ਬਣਾ ਕਰ ਸੰਗਤ ਕੋ ਵਿਤਰਿਤ ਕੀਆ ਜਾ ਰਹਾ ਹੈ। ਇਸਮੇ ਗੁਰਦੁਆਰਾ ਪ੍ਰਬੰਧਕ ਕਮੇਟੀ ਕੇ ਸਭੀ ਸਦਸਯੋਂ ਕਾ ਔਰ ਸੇਵਾਦਾਰੋਂ ਕਾ ਸਹਿਯੋਗ ਸਕ੍ਰਿਯ ਯੋਗਦਾਨ ਹੈ ਔਰ ਸੰਗਤ ਵੀ ਇਸਮੇ ਸਹਿਯੋਗ ਦੇ ਰਹੀ ਹੈ। ਆਜ ਇਸ ਅਵਸਰ ਪਰ ਸਤਿਗੁਰੂਆਂ ਕੇ ਸਾਹਮਣੇ ਵਿਸ਼ੇਸ਼ ਅਰਦਾਸ ਕੀ ਜਾਏਗੀ ਕਿ ਇਸ ਸੰਕਟ ਕੇ ਸਮੇਂ ਮੇ ਕੋਰੋਨਾ ਜੈਸੀ ਮਹਾਮਾਰੀ ਕੋ ਇਸ ਸੰਸਾਰ ਕੋ ਬਚਾਇਆ ਜਾ ਸਕੇ, ਸਮੁੱਚੀ ਮਾਨਵਤਾ ਕੋ ਬਚਾਇਆ ਜਾ ਸਕੇ, ਇਸਕੇ ਲਈ ਅੱਜ ਵਿਸ਼ੇਸ਼ ਅਰਦਾਸ ਕੀ ਜਾਏਗੀ। ਆਪ ਸਭੀ ਸੰਗਤ ਕੋ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਕੇ ਪਾਵਨ ਪ੍ਰਕਾਸ਼ ਪੁਰਬ ਕੀ ਲੱਖ ਲੱਖ ਵਧਾਈਆਂ ਹੋ। ਆਪ ਸੰਗਤ ਕੇ ਜੀਵਨ ਮੇ ਖੁਸ਼ੀਆਂ ਆਏ ਔਰ ਸਭੀ ਕੋ ਇਸ ਅਵਸਰ ਪਰ ਜੋ ਹੈ ਖੁਸ਼ਹਾਲੀ ਪ੍ਰਾਪਤ ਹੋ, ਇਹੀ ਅਰਦਾਸ ਬੇਨਤੀ ਜੋਦੜੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਾਸ ਗੁਰਮੀਤ ਸਿੰਘ, ਸਚਿਵ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਰਾਜਾ ਪਾਰਕ, ਜੈਪੁਰ।